ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਨੇੜਲੇ ਪਿੰਡ ਘੋੜਕਾ ਵਿਖੇ ਗ੍ਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਪਿੰਦੂ ਜੌਲ ਦੇ ਸਨਮਾਨ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਐਡਵੋਕੇਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿੰਡ ਘੋੜਕਾ ਇੱਕ ਅਜਿਹਾ ਪਿੰਡ ਹੈ ਜਿੱਥੇ ਬਾਬਾ ਸਾਹਿਬ ਜੀ ਦਾ ਬੁੱਤ ਵਧੀਆ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੈ, ਜਿਸ ਤੋਂ ਪਿੰਡ ਦੇ ਬੱਚੇ ਕਾਫੀ ਪ੍ਰਭਾਵਿਤ ਹਨ ਅਤੇ ਪੜ੍ਹਾਈ ਦੇ ਖੇਤਰ ਵਿੱਚ ਮੱਲਾ ਮਾਰ ਰਹੇ ਹਨ। ਇਸ ਮੌਕੇ ਪਿੰਦੂ ਜੌਲ ਦਾ ਸਿਰੋਪਾਓ ਪਾ ਕੇ ਅਤੇ ਲੋਈਆਂ ਦੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਦੂ ਜੌਲ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਰਾਸਤੇ ਤੇ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੇ ਦੱਸੇ ਰਾਹ ਤੇ ਚੱਲ ਕੇ ਅਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ ਹਾਂ। ਅੱਜ ਦਾ ਬਹੁਤ ਹੀ ਵਧੀਆ ਸਮਾਗਮ ਪਿੰਡ ਘੁੜਕਾ ਦੇ ਵਿੱਚ ਘੁੜਕੇ ਦੇ ਪੰਚਾਇਤ ਮੈਂਬਰਾਂ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ। ਇਹਦੇ ਨਾਲ ਜੌਲ ਪਰਿਵਾਰ ਅਤੇ ਜੌਲ ਪਰਿਵਾਰ ਦੇ ਸਰਪ੍ਰਸਤ ਪਿੰਦੂ ਜੌਲ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਨਮਾਨ ਕੀਤਾ ਗਿਆ। ਡਾਕਟਰ ਸਾਹਿਬ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀ ਪ੍ਰੇਰਨਾ ਨੂੰ ਅੱਗੇ ਤੋਰਨ ਦੇ ਲਈ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਚਾਰਾਂ ਹੋਈਆਂ। ਬੱਚਿਆਂ ਦੇ ਵਾਸਤੇ ਜੋ ਵੀ ਸਾਡੀ ਬਾਰ ਐਸੋਸੀਏਸ਼ਨ ਕਰ ਸਕਦੀ ਆ, ਬਾਰ ਐਸੋਸੀਏਸ਼ਨ ਦੇ ਹਰ ਇੱਕ ਨੁਮਾਇੰਦੇ ਦੀ ਇੱਕ ਸਾਡੀ ਬਹੁਤ ਹੀ ਵਧੀਆ ਡਿਊਟੀ ਹੈਗੀ ਆ ਕਿ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸੇਧ ਦੇਣ ਵਾਸਤੇ, ਬੱਚਿਆਂ ਦੀ ਮੰਜ਼ਿਲਾਂ 'ਤੇ ਪਹੁੰਚਾਉਣ 'ਤੇ ਜੋ ਬਾਬਾ ਸਾਹਿਬ ਦੀ ਸੋਚ ਸੀ ਉਹਨੂੰ ਅੱਗੇ ਪਹੁੰਚਾਉਣ ਦੇ ਵਾਸਤੇ ਜੋ ਆਪਾਂ ਕਰ ਸਕਦੇ ਹੈਗੇ ਹਾਂ ਸਾਨੂੰ ਸਮਾਜ ਦੇ ਵਿੱਚ ਅੱਗੇ ਆਉਣਾ ਚਾਹੀਦਾ ਆ। ਬਾਰ ਐਸੋਸੀਏਸ਼ਨ ਫਲੋਰ ਦੇ ਪ੍ਰਧਾਨ ਹੋਣ ਦੇ ਨਾਤੇ ਅਸੀਂ ਵਧੀਆ ਸੈਮੀਨਾਰਸ ਇੱਥੇ ਕਰਵਾਵਾਂਗੇ, ਇਹਦੇ ਵਾਸਤੇ ਅਸੀਂ ਵਚਨਬੱਧਤਾ ਕਰਦੇ ਹੈਗੇ ਹਾਂ। ਉਸ ਤੋਂ ਇਲਾਵਾ ਜਿਹੜੀ ਬਾਬਾ ਸਾਹਿਬ ਦੀ ਜੀਵਨੀ, ਉਹਨਾਂ ਦੇ ਸਟਰਗਲ ਜੋ ਨਹੀਂ ਦੇਖਿਆ ਆ, ਇਹ ਬੱਚਿਆਂ ਨੂੰ ਜਾਣਨ ਦੀ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਲੋੜ ਆ ਅਤੇ ਸਾਡੀ ਇੱਕ ਜ਼ਿੰਮੇਵਾਰੀ ਵੀ ਬਣਦੀ ਆ ਕਿ ਅਸੀਂ ਸਮਾਜ ਦੇ ਹਰ ਇੱਕ ਜਿਹੜਾ ਅੰਗ ਹੈਗਾ ਆ ਉਹਨੂੰ ਮਜ਼ਬੂਤ ਕਰੀਏ। ਜੇ ਸਮਾਜ ਦਾ ਹਰ ਅੰਗ ਮਜ਼ਬੂਤ ਹੋਏਗਾ ਤਾਂ ਸਮਾਜ ਮਜ਼ਬੂਤ ਹੋਏਗਾ, ਦੇਸ਼ ਮਜ਼ਬੂਤ ਹੋਏਗਾ, ਦੁਨੀਆ ਮਜ਼ਬੂਤ ਹੋਏਗੀ। ਇਸ ਕਰਕੇ ਮੈਂ ਅੱਜ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਸਾਨੂੰ ਇੱਥੇ ਸਨਮਾਨ ਦਿੱਤਾ ਗਿਆ ਅਤੇ ਸਾਰੇ ਪਿੰਡ ਵਾਸੀਆਂ ਦਾ, ਪਿੰਦੂ ਜੌਲ ਸਾਹਿਬ ਦਾ, ਪ੍ਰੈਸ ਦਾ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਦਾ ਬਹੁਤ ਹੀ ਜ਼ਿਆਦਾ ਆਪਣੇ ਵੱਲੋਂ ਅਤੇ ਵਰਲਡ ਵਾਈਡ ਸਕੋਪ ਵੱਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਥੈਂਕ ਯੂ।